ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ सोनू ਜਾਨ ਸਲਾਹ ਤੇ ਤੁਸੀਂ ਦੇਖ ਰਹੇ ਹੋ ਦਿਸ ਅਪਡੇਟ ਨਿਊਜ਼ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 2022 ਦੀਆਂ ਵੋਟਾਂ ਨੇੜੇ ਆ ਗਈਆਂ ਨੇ ਔਰ ਹਰ ਇੱਕ ਪਾਰਟੀ ਆਪਣੇ ਸਿਰ ਸੇਰਾ ਲਾਣਾ ਚਾਹੁੰਦੀ ਹੈ ਜਿੱਤ ਦਾ ਤੇ ਅਸੀਂ ਪਿੰਡਾਂ ਦਾ ਸਰਵੇ ਕਰ ਰਹੇ ਹਾਂ ਰਾਜਪੁਰੇ ਇਲਾਕੇ ਦੇ ਵਿੱਚ ਆਏ ਹੋਏ ਹਰदयाल ਸਿੰਘ ਕੰਬੋਜ ਦੇ ਇਲਾਕੇ ਦੇ ਵਿੱਚ ਜਿੱਥੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਗਏ ਹਾਂ ਕਈ ਪਿੰਡਾਂ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਤੇ ਇਹੀ ਦੱਸ ਮਿਲ ਰਿਹਾ ਸੋਣ ਨੂੰ ਕਿ ਜੋ ਕੰਮ ਹਰਦੀয়াল ਸਿੰਘ ਕੰਬੋਜ ਨੇ ਕੀਤੇ ਨੇ ਕਿਸੇ ਨੇ ਨਹੀਂ ਕੀਤੇ ਅਸੀਂ ਪਿੱਛੇ ਪਿੰਡ ਦੇ ਵਿੱਚ ਗਏ ਸੀ ਇਸ ਸਮੇ ਸਾਡੇ ਨਾਲ ਜ਼ਿਲ੍ਹਾ ਪ੍ਰਤੀਸ਼ਦ ਮੈਂਬਰ ਨੇ ਖੜੇ ਨੇ ਮਨਹੋਰ لال ਜੀ ਅਸੀਂ ਗੱਜੂ ਖੇੜਾ ਦੇ ਵਿੱਚ ਖੜੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕੀ ਵਿਕਾਸ ਰਹੇ ਨੇ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਅੰਕਲ ਜੀ ਸਤਿ ਸ਼ਕਾਲ ਸਤਿ ਸ਼ਕਾਲ ਸਰ ਕਿਦਾਂ ਦੇ ਕੰਮ ਹੋਏ ਨੇ ਕਿ ਜੋ ਪਹਿਲਾਂ ਨਹੀਂ ਹੋਏ ਕਿ ਹਰਦੀয়াল ਸਿੰਘ ਕੰਬੋਜ ਦੇ ਜੋ ਸੇਵਾ ਦੇ ਵਿੱਚ ਹੋਏ ਨੇ ਸਭ ਤੋਂ ਪਹਿਲਾਂ ਮੈਂ ਤੁਹਾਡੀ ਚੜ੍ਹਦੀ ਕਲਾ ਚਿੰਦਾ ਧੰਨਵਾਦ ਕਰਦਾ ਹਾਂ ਜੋ ਕਿ ਸਾਡੇ ਪਿਛਲੇ ਇਥੇ ਦੇਖੇ ਜਦੋਂ ਸਾਡੇ ਸਰਦਾ ਹਰਦਿਆਲ ਸਿੰਘ ਨੇ ਇਥੇ ਕਮਾਂਡ ਸੰਭਾਲੀ 25 ਸਾਲ ਤੋਂ ਜੀ ਰਾਜਪੁਰਾ ਹਲਕਾ ਦੀ ਹਮਮ ਤੇ ਮਤਲਬ ਪਹਿਲਾਂ ਇਥੇ 25 30 ਸਾਲ 35 ਸਾਲ ਕੋਈ ਵਿਕਾਸ ਨਹੀਂ ਹੋਇਆ ਇਨਾ ਹੁਣ ਜਦੋਂ ਦੇ ਸਰਦਾ ਹਰਦਿਆਲ ਸਿੰਘ ਇਥੇ ਪਹੁੰਚੇ ਹੈ ਇਸ ਹਲਕੇ ਦੇ ਵਿੱਚ ਇਹਨਾਂ ਨੇ ਵਿਕਾਸ ਦੀਆਂ ਹਨੇਰੀਆਂ ਲਾਈਆਂ ਹੋਈਆਂ ਮਤਲਬ ਹਰ ਪਿੰਡਾਂ ਦੇ ਵਿੱਚ ਇਹ ਨਹੀਂ ਹੈ ਵੀ ਇਸ ਪਿੰਡ ਦੇ ਵਿੱਚ ਅਕਾਲੀ ਦਲ ਸਰਪੰਚ ਹੈ ਉੱਥੇ ਗਰੰਟੀ ਨਹੀਂ ਦੇਣੀ ਉਹਨਾਂ ਨੇ ਉੱਥੇ ਵੀ ਗੱਫੇ ਖੁੱਲੇ ਦਿੱਤੇ ਆ ਮਤਲਬ ਜਿੱਥੇ ਜਿੱਥੇ ਪੰਚਾਇਤਾਂ ਨੂੰ ਜਿਸ ਚੀਜ਼ ਦੀ ਲੋੜ ਆ ਪੈਸੇ ਦੀ ਕੰਮ ਦੀ ਉਸੇ ਹਿਸਾਬ ਨਾਲ ਉਹਨਾਂ ਨੇ ਪੈਸਾ ਦਿੱਤਾ ਤੇ ਹੁਣ ਤੁਸੀਂ ਕਿਦਾਂ ਦਾ ਦੇਖ ਰਹੇ ਹੋ ਕਿ ਜਿੱਦਾਂ ਕਿ 2022 ਦੀਆਂ ਚੋਣਾਂ ਨਜ਼ਦੀਕ ਨੇ ਹਾਂਜੀ ਕਿਦਾਂ ਦਾ ਪਿੰਡਾਂ ਦੇ ਵਿੱਚ ਬੋਲਬਾਲਾ ਹੋ ਰਿਹਾ ਹੈ ਕਿ ਹਰਦੀਪਾਲ ਸਿੰਘ ਕੰਬੋਜ ਨੂੰ ਕਿਦਾਂ ਦੀ ਵੋਟ ਜਾਏਗੀ ਦੇਖੋ ਵਿਕਾਸ ਦੇ ਜਰੀਏ ਤੇ ਹਰਦਾਲ ਸਿੰਘ ਦਾ ਬਹੁਤ ਵਧੀਆ ਉਹਨਾਂ ਦੇ ਰਿਲੇਸ਼ਨ ਅੱਛੇ ਬਣੇ ਹਰ ਪਿੰਡਾਂ ਦੇ ਵਿੱਚ ਅੱਛਾ ਵਿਕਾਸ ਕਰਾ ਰਹੇ ਆ ਮਤਲਬ ਜੋ ਕਿ ਜਿਸ ਤਰ੍ਹਾਂ ਦੇਖ ਲਓ ਪੁੱਲਾਂ ਦਾ ਜਿਹੜਾ ਨਿਰਮਾਣ ਹੈ ਸਾਡੇ ਸਭ ਤੋਂ ਜ਼ਿਆਦਾ ਸਾਡੇ ਰਾਜਪੁਰੇ ਹਲਕੇ ਦੇ ਵਿੱਚ ਪੁੱਲਾਂ ਦਾ ਨਿਰਮਾਣ ਜਿਹੜਾ ਕਿ 7-8 ਪੁੱਲ ਇੱਥੇ ਰਾਜਪੁਰੇ ਹਲਕੇ ਦੇ ਵਿੱਚ ਬਣੇ ਆ ਜੋ ਕੋਈ ਇੱਕ ਹੋਰ ਵੀ ਜਿਹੜਾ ਸਾਡਾ ਮੈਂ ਆਪਣਾ ਫਰਾਂਦੇ ਤੋਂ ਬਾਈਪਾਸ ਜਿਹੜਾ ਜਾ ਰਿਹਾ ਹੈ ਉਹ ਬਣ ਰਿਹਾ ਹੈ ਬਾਕੀ ਪਿੰਡਾਂ ਦੇ ਇਲਾਕੇ ਦੇ ਵਿੱਚ ਕੋਈ ਸੜਕ ਹੈ ਸਾਡੇ ਕਰੋੜੇ ਜਿੱਥੇ 18 ਫੁੱਟ ਉਹਨਾਂ ਨੇ ਨਹੀਂ ਜੋੜੀਆਂ ਮਤਲਬ ਬਹੁਤ ਅੱਛਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਔਰ ਅੱਗੇ ਵੀ ਚੱਲ ਰਿਹਾ ਹੈ ਚੱਲਣ ਜਾ ਰਹੇ ਆ ਉਹ ਵੱਧ ਤੋਂ ਵੱਧ ਗਰੰਟੀਆਂ ਦੇ ਰਹੇ ਆ ਤੁਹਾਨੂੰ ਕੀ ਲੱਗਦਾ ਕਿ ਜੋ ਪਹਿਲਾਂ ਸਮਾਂ ਸੀ ਉਸ ਸਮੇਂ ਦੇ ਵਿੱਚ ਕੰਮ ਨਹੀਂ ਹੋਏ ਹੁਣ ਕਿੱਦਾਂ ਦੇ ਕੰਮ ਹੋ ਰਹੇ ਨੇ ਪਹਿਲਾਂ ਇਦਾਂ ਦਾ ਵਿਕਾਸ ਹੋਇਆ ਇਦਾਂ ਦੇ ਕੰਮ ਹੋਏ ਨੇ ਜੋ ਹੁਣ ਹੋ ਰਹੇ ਨੇ ਦੇਖੋ ਗੱਲ ਇਸ ਤਰ੍ਹਾਂ ਹੈ ਹਰ ਇਨਸਾਨ ਦੀ ਆਪਣੀ ਸੋਚ ਹੈ ਇਹਨਾਂ ਦੀ ਇੱਕੋ ਸੋਚ ਹੈ ਜਿਵੇਂ ਇੱਕ ਆਪਣੇ ਦਿਮਾਗ ਦੇ ਵਿੱਚ ਬਹੁਤ ਵਧੀਆ ਨਕਸ਼ਾ ਬਣਾ ਕੇ ਰੱਖਿਆ ਹੋਇਆ ਹੈ ਵੀ ਅਸੀਂ ਇਹ ਇਲਾਕੇ ਦੇ ਵਿਕਾਸ ਇਹ ਕਰਨੇ ਆ ਇਹਨਾਂ ਨੂੰ ਮਤਲਬ ਆਪਣਾ ਦਿਨ ਰਾਤ ਕਰਕੇ ਮਤਲਬ 24 ਘੰਟੇ ਵਿੱਚ ਮੈਂ ਤਾਂ ਇਹ ਜਾਣਦਾ ਵੀ ਇਹ 20 ਘੰਟੇ ਜਿਹੜੇ ਹਨ ਕੰਮ ਕਰਦੇ ਆ 4-5 ਘੰਟੇ ਸੌਂਦੇ ਹੋਣੇ ਬਾਕੀ ਜਿੰਨਾ ਵੀ ਇਹ ਵਿਕਾਸ ਵਾਲੇ ਪਾਸੇ ਜਿਆਦਾ ਜ਼ੋਰ ਮਾਰ ਰਹੇ ਆ ਮਤਲਬ ਇਹ ਇਹਨਾਂ ਦੇ ਮਨ ਦੇ ਵਿੱਚ ਇਹ ਸੋਚ ਇੱਕੋ ਹੈ ਵੀ ਅਸੀਂ ਇਹ ਜਿਹੜਾ ਰਾਜਪੁਰਾ ਹਲਕਾ ਇੱਕ ਹੈ ਪੰਜਾਬ ਦੇ ਵਿੱਚ ਮੈਂ ਇੱਕ ਨੰਬਰ ਤੇ ਲਿਆਉਣਾ ਹੈ ਲਿਆ ਵੀ ਹੈ ਅਗਰ ਕੋਈ ਕਸਰ ਰਹੇਗੀ ਅੱਗੇ ਪੂਰੀ ਕਰ ਦੇਣਗੇ वैसे ਤੁਹਾਡਾ ਵੀ ਇਹਦੇ ਚ ਵੱਡਾ ਸਹਿਯੋਗ ਹੈ ਕਿਉਂਕਿ ਤੁਸੀਂ ਜ਼ਿਲ੍ਹਾ ਪ੍ਰਤੀਸ਼ਰ ਮੈਂਬਰ ਹੋ ਇੱਕ ਵੱਡਾ ਮੁਕਾਮ ਤੁਹਾਨੂੰ ਮਿਲਿਆ ਹੋਇਆ ਤੁਸੀਂ ਤੁਹਾਡੇ ਵੱਲੋਂ ਕਿਦਾਂ ਦੇ ਉਪਰਾਲੇ ਕੀਤੇ ਗਏ ਨੇ ਕਿਦਾਂ ਦੇ ਪਿੰਡਾਂ ਵਾਲੇ ਤੁਹਾਨੂੰ ਕਿੰਨਾ ਪਿਆਰ ਦੇ ਦਿੰਦੇ ਆ ਪਿੰਡਾਂ ਵਾਲੇ ਦੇਖੋ ਜੇ ਪਿਆਰ ਤੁਹਾਨੂੰ ਦੇ ਰਹੇ ਆ ਤਾਂ ਹੀ ਅਸੀਂ ਦੇਖੋ 2008 ਦੇ ਵਿੱਚ ਮੈਂ ਜ਼ਿਲ੍ਹਾ ਪ੍ਰਤੀਸ਼ਰ ਮੈਂਬਰ 13 ਜ਼ਿਲ੍ਹਾ ਪ੍ਰਤੀਸ਼ਰ ਮੈਂਬਰ 17 ਦੇ ਵਿੱਚ ਦੁਬਾਰਾ ਫਿਰ ਜ਼ਿਲ੍ਹਾ ਪ੍ਰਤੀਸ਼ਰ ਮੈਂਬਰ ਮਰ ਤਿੰਨ ਵਾਰ ਜੇਕਰ ਸਾਨੂੰ ਕੋਈ ਪਿਆਰ ਸਤਿਕਾਰ ਮਿਲ ਰਿਹਾ ਇਸ ਕਰਕੇ ਅਸੀਂ ਤਿੰਨ ਵਾਰ ਜ਼ਿਲ੍ਹਾ ਪ੍ਰੀਸ਼ਦ ਅਕਾਲੀ ਦਲ ਸਰਕਾਰ ਦੇ ਹੁੰਦੇ ਵੀ ਅਸੀਂ 10 ਸਾਲ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਲਏ ਜਦ ਕਿ ਕੋਈ ਇੱਕ ਪੰਚਾਇਤ ਮੈਂਬਰ ਵੀ ਅਗਲਾ ਨਹੀਂ ਰਹਿਣ ਦਿੰਦਾ ਉਹ ਵੀ ਮਤਲਬ ਪਿੱਛੇ ਵੋਟਾਂ ਨਹੀਂ ਪੈਂਦੇ ਉਹਨੂੰ ਤਾਂ ਮਤਲਬ ਕੁਝ ਵਕਾਸ ਲਾ ਲੋ ਪਿਆਰ ਸਤਿਕਾਰ ਲਾ ਲੋ ਕੁਝ ਉਹਨਾਂ ਦਾ ਹੱਥ ਸਾਡੇ ਸਿਰ ਤੇ ਹਰਿਆਲ ਸਿੰਘ ਜੀ ਦਾ ਅਸੀਂ ਉਹਨਾਂ ਦੀ ਰਹਿਣ ਨਾਇਤ ਕੰਮ ਕਰ ਰਹੇ ਹਾਂ ਬਹੁਤ ਉਹ ਵੀ ਮਤਲਬ ਪਿਆਰ ਦੇ ਰਹੇ ਆ ਅਸੀਂ ਜਿਸ ਤਰ੍ਹਾਂ ਪਿਆਰ ਦਿੰਦੇ ਆ ਇਸੇ ਤਰ੍ਹਾਂ ਅਸੀਂ ਮਿਹਨਤ ਕਰਦੇ ਆ ਅਸੀਂ ਅੱਗੇ ਵੀ ਅਸੀਂ ਵਧ ਰਹੇ ਆ ਕਿ ਤੁਹਾਨੂੰ ਕੀ ਲੱਗਦਾ ਕਿ ਜੋ ਸਮਾਂ ਜੋ ਹੁਣ ਆਣ ਵਾਲਾ 2022 ਦੀਆਂ ਚੋਣਾਂ ਆ ਰਹੀਆਂ ਨੇ ਉਹਦੇ ਚ ਕਿਦਾਂ ਦਾ ਸਹਿਯੋਗ ਰਹੇਗਾ ਹਰਦੀਪਾਲ ਸਿੰਘ ਬੋਜੀ ਨੂੰ ਕਿਦਾਂ ਯਾਨੀ ਲੱਗੇਗਾ ਕਿ ਬੋਟਾਂ ਮੰਗਣ ਦੀ ਲੋੜ ਹੈ ਉਹਨਾਂ ਨੂੰ ਦੇਖੋ ਜਾਣਨਾ ਤਾਂ ਪੈਂਦਾ ਹੈ ਜਣਾ ਜੇ ਜਾਈਏ ਨਾ ਅਸੀਂ ਤਾਂ ਉਹ ਤਾਂ ਸਾਡਾ ਫਰਜ਼ ਬਣਦਾ ਹੈ ਵੈਸੇ ਕੋਈ ਇਹਨਾਂ ਦੇ ਮੁਕਾਬਲੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਕੰਡੀਡੇਟ ਰੇਟ ਕੋਈ ਖੜ੍ਹ ਸਕੇਗਾ ਜੇ ਖੜੇਗਾ ਤਾਂ ਉਹਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ ਕਿਉਂ ਇਹਨਾਂ ਦਾ ਵਿਕਾਸ ਵੀ ਮੂੰਹ ਬੋਲ ਰਿਹਾ ਹੈ ਇਹਨਾਂ ਦੀ ਬੋਲਬਾਣੀ ਵੀ ਅੱਛੀ ਬੋਲ ਰਹੀ ਹੈ ਜੋ ਇਹਨਾਂ ਦਾ ਕਦ ਕਾਠ ਹੈ ਉਹ ਵੀ ਇਸ ਹਲਕੇ ਦੇ ਵਿੱਚ ਬਹੁਤ ਇਹਨਾਂ ਨੇ ਆਪਣਾ ਨਾਮ ਕਮਾਇਆ ਹੈ ਉਹ ਇਹਨਾਂ ਨੇ ਮਤਲਬ ਦੂਜੇ ਪਾਸੇ ਖਿਆਲ ਨਹੀਂ ਕਰ ਇਹਨਾਂ ਨੇ ਬੜਾ ਮਤਲਬ ਇਹਨਾਂ ਦਾ ਇੱਕੋ ਹੀ ਜਿਹੜਾ ਟੀਚਾ ਹੈ ਵਿਕਾਸ ਦਾ ਵੀ ਵਿਕਾਸ ਅਸੀਂ ਰਾਜੀ ਕਰੀਏ ਤੇ ਅੱਗੇ ਵਾਸਤੇ ਵੀ ਦੇਖੋ ਉਹਨਾਂ ਦਾ ਜਿਹੜਾ ਹੈ ਮੇਰੇ ਹਿਸਾਬ ਨਾਲ ਤਾਂ ਕੋਈ ਨਹੀਂ ਉਹਨਾਂ ਦਾ ਕਦ ਦੇ ਨਾਲ ਜਿਹੜਾ ਕੋਈ ਮੁਕਾਬਲੇ 'ਚ ਆ ਜਾਏਗਾ ਜੀ ਆਏ ਜੁਨੀ ਆਏ ਜੇ ਪਈ ਜੇ ਕੋਈ ਐਸੀ ਗੱਲ ਨਹੀਂ ਬਹੁਤ ਚੰਗੀ ਫਾਇਡ ਦੇਣਗੇ ਚੰਗੀਆਂ ਵੋਟਾਂ ਦੇ ਜਿੱਤ ਹਾਸਲ ਕਰਕੇ ਇਥੋਂ ਜਿੱਤੇਉਣਗੇ ਤੁਸੀਂ ਇਹ ਚਾਣਾ ਨਹੀਂ ਪਾਇਆ ਕਿ ਪਿੰਡ ਦੇ ਵਿੱਚ ਕਿੰਨੀ ਕਿ ਗਰੰਟਾ ਆ ਚੁੱਕੇ ਕਿ ਕਿਦਾਂ ਕਿਹੜੇ-ਕਿਹੜੇ ਕੰਮ ਹੋਏ ਨੇ ਪਿੰਡ ਦੇ ਵਿੱਚ ਅਮ ਇਹ ਗੱਲ ਦਾ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਤੁਹਾਨੂੰ ਆਪੇ ਕਿਹਾ ਵੀ ਤੁਸੀਂ ਚਾਣਾ ਵੀ ਜ਼ਰੂਰੀ ਲੈਣਾ ਵੀ ਚਾਹੀਦਾ ਤੁਸੀਂ ਚਾਣਾ ਵੀ ਗਰੰਟਾ ਤਾਂ ਇਸ ਪਿੰਡ ਵੀ ਬਹੁਤ ਗੱਫੇ ਵਧੀਆ ਆਏ ਮੇਰੇ ਹਿਸਾਬ ਨਾਲ ਜਿਹੜੇ ਕਰੋੜ ਦੇ ਹਿਸਾਬ ਦੇ ਨਾਲ ਟੋਟਲ ਦੇ ਇਥੇ ਪਿੰਡ ਦੇ ਵਿੱਚ ਜਿਹੜਾ ਪੈਸਾ ਆ ਚੁੱਕਿਆ ਹੈ ਹਮ ਹ ਜੋ ਕਿ ਹੋਰ ਵੀ ਸਾਡੇ ਐਮਐਲਏ ਸਾਹਿਬ ਜੀ ਹੋਰ ਵੀ ਦੇਣ ਜਾ ਰਹੇ ਹਨ ਕੋਈ ਸਾਡੀ ਅੱਜ ਵੀ ਡਿਸਕਸ ਹੋਈ ਸੀ ਕਿ ਕੁਝ ਹੋਰ ਵੀ ਦੇ ਰਹੇ ਆ ਅੱਜ ਕਈ ਕੰਮਾਂ ਵਾਸਤੇ ਕੋਈ ਧਰਮਸ਼ਾਲਾ ਵਾਸਤੇ ਕੋਈ ਸ਼ਮਸ਼ਾਨ ਘਾਟ ਵਾਸਤੇ ਹੈ ਕੋਈ ਗਲੀਆਂ ਵਾਸਤੇ ਹੈ ਹਮ ਹ ਕੋਈ ਸਾਡਾ ਇਥੇ ਇੱਕ ਆਪਣਾ ਪਾਰਕ ਵਾਸਤੇ ਬਣ ਰਿਹਾ ਹੈ ਪਿੰਡ ਦੇ ਵਿੱਚ ਉਹਦੇ ਵਾਸਤੇ ਮਤਲਬ ਬਹੁਤ ਕੁਝ ਉਹਨਾਂ ਨੇ ਮਤਲਬ ਪਿੰਡ ਉਹਦਾ ਲਗਾਓ ਇਸ ਪਿੰਡ ਨਾਲ ਵਧੀਆ ਲਗਾਓ ਰੱਖਿਆ ਹੋਇਆ ਤੇ ਮਤਲਬ ਜਿੰਨਾ ਉਹ ਤਾਂ ਕਹਿੰਦੇ ਆ ਵੀ ਲਾਉਣ ਵਾਲਾ ਹੋਵੇ ਜਿੰਨਾ ਮਰਜ਼ੀ ਲੈ ਜਾਓ ਮੇਰੇ ਕੋਲ ਕੋਈ ਨਾ ਨਹੀਂ ਹੈ ਯਾਨੀ ਕਿ ਪਿੰਡ ਦੇ ਵਿੱਚ ਕੰਮ ਚੱਲ ਹੀ ਰਿਹਾ ਚੱਲ ਰਿਹਾ ਹੈ ਠੀਕ ਹੈ ਹਾਂ ਕੰਟੀਨਿਊ ਚੱਲ ਰਿਹਾ ਕੋਈ ਵੱਡੀ ਦਿੱਕਤ ਨਹੀਂ ਹੈ ਸੋ ਧੰਨਵਾਦੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਸੋ ਏਸੀ ਜੀ ਆਪਣੇ ਨਾਲ ਮਨਹੋਰ ਲਾਲ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਕਿ ਜੋ ਇੱਥੇ ਪਿੰਡ ਦੇ ਵਿੱਚ ਜੋ ਕੰਮ ਹੋਏ ਨੇ ਗੱਜੂ ਖੇੜਾ ਦੇ ਵਿੱਚ ਕੰਮ ਹੋ ਰਹੇ ਨੇ ਬਹੁਤ ਵਧੀਆ ਕੰਮ ਹੋ ਰਹੇ ਨੇ ਕਿ ਲੰਬੇ ਸਮੇਂ ਤੋਂ ਅੱਜ ਤੱਕ ਇਦਾਂ ਦਾ ਕੋਈ ਕੰਮ ਨਹੀਂ ਹੋਇਆ ਜੋ ਹਰਦੀয়াল ਸਿੰਘ ਕੰਬੋਜ ਜੀ ਦੀ ਸੇਵਾ ਦੇ ਵਿੱਚ ਹੋਏ ਨੇ। ਮਨਹੋਰ لال ਜੀ ਵੀ ਆਪ ਵੀ ਇੱਕ ਵਧੀਆ ਅਹੁਦੇ ਤੇ ਬੈਠੇ ਨੇ ਜਿਲ੍ਹਾ ਜਿਲ੍ਹਾ ਪ੍ਰਤੀਸ਼ਦ ਮੈਂਬਰ ਨੇ ਪਟਿਆਲੇ ਤੋਂ ਬਹੁਤ ਵਧੀਆ ਪੁੱਜਦੇ ਔਰ ਪਿੰਡਾਂ ਦਾ ਵਿਕਾਸ ਇਹ ਖੁਦ ਵੀ ਨਾਲ ਨਾਲ ਰਲ ਕੇ ਕਰ ਰਹੇ ਨੇ ਔਰ ਲੋਕਾਂ ਦੇ ਵਿੱਚ ਜਾ ਕੇ ਖੁਦ ਇਹ ਗੱਲ ਕਹਿੰਦੇ ਨੇ ਕਿ ਕੋਈ ਵੀ ਲੋੜ ਹੋਵੇ ਤਾਂ ਅਸੀਂ ਬਰਾਬਰ ਖੜੇ ਹਾਂ। ਔਰ ਉਮੀਦ ਹੈ ਇਹੀ ਗੱਲ ਲੱਗਦੀ ਨੇ ਕਿ ਹਰਦੀয়াল ਸਿੰਘ ਕੰਬੋਜ ਨੇ ਜੋ ਕੰਮ ਕੀਤੇ ਨੇ ਉਹ ਕਿਸੇ ਨੇ ਨਹੀਂ ਕੀਤੇ ਹੈਗੇ ਆਣੇ ਵਾਲੇ ਸਮੇਂ ਦੇ ਵਿੱਚ ਫਿਰ ਮੁੜ ਹਰਦੀয়াল ਸਿੰਘ ਕੰਬੋਜ ਨੂੰ ਹੀ ਲੈ ਕੇ ਆਣਗੇ ਸੋ ਹੁਣ ਮੈਨੂੰ ਦੇ ਇਜਾਜ਼ਤ ਦੇਖਦੇ ਰਹੋ ਦਿਸ਼ਾ ਬਲੇਨੀਓਨ ਸਸਿਕਾ ਹਾਂਜੀ ਅਗੇ ਕੀ ਨਾ ਹੈ ਜੀ ਤੁਹਾਡਾ ਮੇਰਾ ਨਾਮ ਮਨੋਰ ਲਾਲ ਮੈਂਬਰ ਜਿਲ੍ਹਾ ਪੀਸ ਖੇੜਾ ਕੁੱਝ ਕੀ ਕਹਿਣਾ ਚਾਹੋਗੇ ਤੁਹਾਡੇ ਇਲਾਕੇ ਵਿੱਚ ਕਿਦਾਂ ਦਾ ਕੰਮ ਹੋ ਰਿਹਾ ਸਾਡੇ ਇਲਾਕੇ ਦੇ ਵਿੱਚ ਦੇਖੋ ਕੰਮ ਦੀ ਕੋਈ ਮਤਲਬ ਕਮੀ ਤਾਂ ਨਹੀਂ ਆ ਰਹੀ ਅੱਜ ਤੱਕ ਪਹਿਲਾਂ ਵੀ ਅਸੀਂ ਦੇਖੋ 20-25 ਸਾਲ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਅਮਿਤ ਜੋ ਹਰਦੀਪਾਲ ਸਿੰਘ ਸਾਡੇ ਇਲਾਕੇ ਦੇ ਵਿੱਚ ਮੇਰੇ ਹਰਮਨ ਪਿਆਰੇ ਸਾਡੇ ਨੇਤਾ ਜੋ ਕਿ ਮਤਲਬ ਉਹਨਾਂ ਨੇ ਇੱਕ ਆਪਣੀ ਵਰਕੀ ਤੌਰ ਤੇ ਇੱਥੇ ਕੰਮ ਕਰ ਰਹੇ ਆ ਯਾਨੀ ਕਿ ਮਤਲਬ ਇਹ ਨਹੀਂ ਆ ਵੀ ਐਮਐਲਏ ਤੌਰ ਤੇ ਕੰਮ ਕਰ ਰਹੇ ਉਹ ਵਰਕੀ ਤੌਰ ਤੇ ਕੰਮ ਕਰ ਰਹੇ ਆ ਕਿਉਂਕਿ ਉਹਨਾਂ ਨੇ ਇੱਕ ਵਰਕੀ ਤੌਰ ਤੇ ਉੱਠੇ ਆ ਤੇ ਵਰਕੀ ਤੌਰ ਤੇ ਵੀ ਕੰਮ ਕਰ ਰਹੇ ਆ ਜੋ ਇਨਸਾਨ ਇੱਕ ਵਰਕੀ ਤੌਰ ਤੇ ਮਤਲਬ ਕਹੇਗਾ ਮਤਲਬ ਉਹ ਕੰਮ ਪੂਰਾ ਕਰਕੇ ਦਿਖਾਵੇਗਾ ਜੋ ਉਹਨਾਂ ਦੇ ਮਨ ਦੇ ਵਿੱਚ ਸੀਗਾ ਵੀ ਅਸੀਂ ਜੇਕਰ ਸਾਡੀ ਸਰਕਾਰ ਆ ਜੇ ਉਹਨਾਂ ਨੇ ਪਹਿਲੇ ਵੀ ਦੇਖੋ ਪਿਛਲੇ ਪੇਟ ਦੇ ਜੋ ਐਮ ਐਲ ਏ ਬਣੀ ਸੀ ਜਦੋਂ 32000 ਵੋਟਾਂ ਦੇ ਉਹਨਾਂ ਨੇ ਲੀਡ ਨਾਲ ਮਤਲਬ ਜਿੱਤ ਹਾਸਲ ਕੀਤੀ ਸੀ ਜਦੋਂ ਸਰਕਾਰ ਨਹੀਂ ਸੀ ਉਹਨਾਂ ਦੇ ਮਨ ਦੇ ਵਿੱਚ ਸੀਗੀ ਵੀ ਸਰਕਾਰ ਹੈ ਨਹੀਂ ਤੇ ਮਤਲਬ ਮਨ ਦੇ ਵਿੱਚ ਰਹਿ ਗਿਆ ਉਹਨਾਂ ਨੇ ਫਿਰ ਆਪਣਾ ਪੂਰਾ ਹੌਸਲਾ ਜਿਹੜਾ ਬੁਲੰਦ ਰੱਖਿਆ ਉਸੇ ਤਰ੍ਹਾਂ ਉਹ ਬਰਕਰਾਰ ਰਹੇ ਆਉਣ ਵਾਲੇ 2017 ਦੇ ਵਿੱਚ ਜਿਹੜੇ ਸਾਡੇ ਇਲੈਕਸ਼ਨ ਹੋਏ ਸੀਗੇ ਉਸ ਵਾਰ ਉਹਨਾਂ ਨੇ 34000 ਦੇ ਮਤਲਬ ਜਿੱਤ ਹਾਸਲ ਕੀਤੀ ਤੇ ਸਰਕਾਰ ਬਣੀ ਕੌਂਸਲ ਦੀ ਕੌਂਸਲ ਸਰਕਾਰ ਬਣ ਦੇ ਨਾਲ ਉਹਨਾਂ ਦਾ ਵੀ ਹੌਸਲਾ ਜੋ ਵਧਿਆ ਜੋ ਵੀ ਉਹਨਾਂ ਦੇ ਵਿੱਚ ਇਹ ਸੀਗਾ ਵੀ ਸਾਡੇ ਜੋ ਵਰਕਰਾਂ ਦਾ ਜੇ ਹੌਸਲਾ ਜੇ ਟੁੱਟੇ ਨਾ ਉਸ ਕਰਕੇ ਉਹਨਾਂ ਨੇ ਮਤਲਬ ਕੋਈ ਪਿੰਡ ਸਾਡੇ ਇਲਾਕੇ ਦੇ ਵਿੱਚ ਰਾਜਪੁਰ ਹਲਕੇ ਦੇ 98 ਪਿੰਡ ਪੈਂਦੇ ਆ ਟੋਟਲ 98 ਪਿੰਡਾਂ ਦੇ ਵਿੱਚ ਉਹਨਾਂ ਨੇ ਹਰ ਪਿੰਡ ਦੇ ਵਿੱਚ ਕੋਈ ਪਿੰਡ ਨਹੀਂ ਛੋੜਿਆ ਜਿਹੜੇ ਪਿੰਡ ਦੇ ਵਿੱਚ ਚਾਹੇ ਉਹ ਅਕਾਲੀ ਦਲ ਪਿੰਡ ਹੈ ਚਾਹੇ ਉਹ ਕੋਈ ਬਸਵਾ ਦਾ ਪਿੰਡ ਹੈ ਚਾਹੇ ਕੋਈ ਕਾਮਰੇਣਾ ਪਿੰਡ ਹੈ ਉਹਨਾਂ ਨੇ ਮਤਲਬ ਇਹ ਨਹੀਂ ਦੇਖਿਆ ਵੀ ਇਸ ਪਿੰਡ ਦੇ ਵਿੱਚ ਅਸੀਂ ਵਿਤਕਰਾ ਕਰਨਾ ਹੈ ਹਰ ਪਿੰਡਾਂ ਵਿੱਚ ਉਹਨੇ ਬਹੁਤ ਵੱਡੀਆਂ ਪੱਧਰ ਤੇ ਗਰੰਟੀਆਂ ਦਿੱਤੀਆਂ। ਇਲਾਕੇ ਦੇ ਵਿੱਚ ਬਹੁਤ ਚੰਗਾ ਵਿਕਾਸ ਕੀਤਾ ਹੈ। ਮਤਲਬ ਜੋ ਕਿ ਜਿਹੜੀਆਂ ਅੱਜ ਤੋਂ ਪੁਰਾਣੀਆਂ ਸੜਕਾਂ 25 20 ਸਾਲ ਤੋਂ ਮਤਲਬ ਪੁਰਾਣੀਆਂ ਪਈਆਂ ਸੀਗੀਆਂ 10 ਫੁੱਟੀਆਂ ਉਹਨਾਂ ਨੂੰ ਸਾਰੀਆਂ ਮਤਲਬ ਇਲਾਕੇ ਦੇ ਵਿੱਚ 18 18 ਫੁੱਟ ਤੇ ਉਹਨੇ ਜੋੜੀਆਂ। ਜੋ ਕਿ ਪੁਲਾਂ ਦਾ ਨਿਰਮਾਣ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ। ਵੀ 6-7 ਪੁਲ ਜਿਹੜੇ ਆ ਉਹਨਾਂ ਨੇ ਬਣਾਏ ਆ। ਜਦੋਂ ਕਿ ਇੱਕ ਪੁਲ ਬਣਾ ਲੈਂਦਾ ਉਹਦਾ ਨਾਮ ਕਹੀ ਜਾਂਦਾ ਵੀ ਮੈਂ ਇੱਕ ਪੁਲ ਬਣਾਇਆ, ਮੈਂ ਇੱਕ ਪੁਲ ਬਣਾਇਆ। ਉਹਨਾਂ ਨੇ 7 ਪੁਲ ਬਣਾਏ ਇਸ ਇਲਾਕੇ ਦੇ ਵਿੱਚ। ਰਾਜਬੁਰਾ ਦੇ ਸ਼ਹਿਰ ਦੇ ਵਿੱਚ ਜਾ ਕੇ ਤੁਸੀਂ ਦੇਖ ਲਓ ਉੱਥੇ ਚਮ 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 ਕਰਿਆ ਸ਼ਹਿਰ ਉੱਥੇ ਦਾ ਸਿੰਗਾਪੁਰ ਵਰਗਾ ਸ਼ਹਿਰ ਲੱਗ ਰਿਹਾ ਰਾਜਬੁਰਾ ਦੇ ਵਿੱਚ ਸਹੀ ਗੱਲ ਮੈਂ ਹਰਿਆਲ ਸਿੰਘ ਦਾ ਵੀ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਵੀ ਆਪਣਾ ਜੋ ਮਿਹਨਤ ਕਰ ਰਹੇ ਹੈ ਦੇਖੋ ਇੱਕ ਤਾਂ ਹੁੰਦਾ ਵੀ ਵੀ ਐਮਐਲ ਦੇ ਤੌਰ ਤੇ ਵੀ ਅਸੀਂ ਬਣ ਗਏ ਤੇ ਲੋਕਾਂ ਨੂੰ ਮੋਹ ਨਹੀਂ ਦਿਖਾਣਾ ਉਹਨਾਂ ਨੇ ਮਤਲਬ ਵਰਕ ਦੀ ਤਰ੍ਹਾਂ ਅੱਜ ਵੀ ਹਰ ਦੁੱਖ ਸੁੱਖ ਦੇ ਵਿੱਚ ਹਰ ਘਰ ਦੇ ਵਿੱਚ ਜਾ ਕੇ ਉਹਨਾਂ ਪੁੱਛਦੇ ਹੈ ਜਾ ਕੇ ਪੰਚਾਇਤਾਂ ਨੂੰ ਪੁੱਛਦੇ ਆ ਸਰਪੰਚਾਂ ਨੂੰ ਪੁੱਛਦੇ ਆ ਵੀ ਦੱਸੋ ਤੁਹਾਨੂੰ ਕਿਹੜੇ ਕੰਮ ਦੀ ਲੋੜ ਹੈ ਉਹ ਸਾਨੂੰ ਪੁੱਛਦੇ ਆ ਸਾਡੀਆਂ ਵੀ ਡਿਊਟੀਆਂ ਲਾਨੀਆਂ ਵੀ ਦੱਸੋ ਤੁਹਾਡੇ ਹਲਕੇ ਦੇ ਵਿੱਚ ਜੋ ਤੁਹਾਡਾ ਜ਼ੋਨ ਹੈ ਉਹ ਮੇਰਾ ਜ਼ੋਨ ਹੈ 4849 ਪਿੰਡ ਹੈ ਉਹ ਹਰ ਜ਼ੋਨ ਦੇ ਵਿੱਚ ਸਾਨੂੰ ਪੁੱਛੇ ਜੀ ਤੁਹਾਨੂੰ ਦੱਸਦੇ ਆ ਵੀ ਹਾਂ ਵੀ ਇੱਥੇ ਇਸ ਪਿੰਡ ਦੇ ਵਿੱਚ ਕੀ ਕਮੀ ਹੈ ਉਹ ਸਾਰੇ ਪਿੰਡਾਂ ਵਿੱਚ ਜਿਸ ਤਰ੍ਹਾਂ ਕਮੀਆਂ ਹੋਇਆ ਉਹ ਸਾਰੀਆਂ ਦੂਰ ਕਰੀ ਜਾ ਰਹੇ ਆ ਮਤਲਬ ਪੂਰਾ ਜੰਗੀ ਪੱਧਰ ਦੇ ਕੰਮ ਜਿਹੜਾ ਉਹ ਕਰੀ ਜਾ ਰਹੇ ਆ ਮੈਂ ਬਹੁਤ ਉਹ ਇਲਾਕੇ ਦਾ ਵੀ ਧੰਨਵਾਦ ਕਰਦਾ ਜੋ ਕਿ ਸਾਡਾ ਵੀ ਉਹਨਾਂ ਨੇ ਬਹੁਤ ਅਸੀਂ ਮਾਨ ਰੱਖਦੇ ਆ ਸਾਡਾ ਇਲਾਕਾ ਮਾਨ ਰੱਖਦਾ ਹੈ ਜਦੋਂ ਕੋਈ ਮੈਂ ਇੱਕ ਤਿੰਨ ਪਲਾਂ ਦਾ ਜ਼ਿਲ੍ਹਾ ਪ੍ਰੀਸ਼ਦ ਲਗਾਤਾਰ ਕੰਟੀਨਿਊ ਜਿੱਤੀ ਹੈ ਇਹ ਲੋਕਾਂ ਦੇ ਸਦਕੇ ਜਿੱਤੇ ਹੈ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਕੋਈ ਸਾਨੂੰ ਸਰਦਾਰ ਹਰदयाल ਸਿੰਘ ਦਾ ਵੀ ਬਹੁਤ ਪਿਆਰ ਮਿਲਿਆ ਹੈ ਉਹਨਾਂ ਨੇ ਵੀ ਸਾਡੇ ਥਿਰ ਤੇ ਬਹੁਤ ਹੱਥ ਰੱਖਿਆ ਹੈ ਮੇਰਾ ਉਹਨਾਂ ਦਾ ਦਿਲੋਂ ਸਤਿਕਾਰ ਵੀ ਕਰਦਾ ਪਿਆਰ ਵੀ ਕਰਦਾ ਤੇ ਉਹ ਵੀ ਮੈਨੂੰ ਦਿਲ ਤੋਂ ਪਿਆਰ ਕਰਦੇ ਮੈਂ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਵੀ ਤੇ ਤੁਹਾਡਾ ਵੀ